ਸੁਬਲਚਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਖਬਰ ਲੁਧਿਆਣਾ ਟੈਂਡਰ ਘੁਟਾਲੇ ਮਾਮਲੇ ਨਾਲ ਜੁੜੀ, ਜਿਸ ਵਿੱਚ ਵਿਜੀਲੈਂਸ ਨੇ ਦਬਿਸ਼ ਕੀਤੀ ਹੈ ਤੇ ਵਿਜੀਲੈਂਸ ਨੇ ਕਾਂਗਰਸੀ ਕਾਉਂਸਲਰ ਸੰਨੀ ਪੱਲਾ ਨੂੰ ਹਿਰਾਸਤ 'ਚ ਲੈ ਲਿਆ। ਮਾਮਲੇ 'ਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਹੈ ਸੰਨੀ ਪੱਲਾ। ਤੋਂ ਦਬਿਸ਼ ਕੀਤੀ ਕਿ ਵਿਜੀਲੈਂਸ ਵੱਲੋਂ ਲੁਧਿਆਣਾ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਇਹ ਕਾਰਵਾਈ, ਵਿਜੀਲੈਂਸ ਨੇ ਕਾਂਗਰਸੀ ਕਾਉਂਸਲਰ ਸੰਨੀ ਪੱਲਾ ਨੂੰ ਹਿਰਾਸਤ 'ਚ ਲੈ ਲਿਆ। ਦੱਸ ਦੇ ਕਿ ਸੰਨੀ ਪੱਲਾ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਮੰਨਿਆ ਜਾਂਦਾ ਹੈ। ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਜੋ ਪਹਿਲਾਂ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਤੇ ਹੁਣ ਉਹਨਾਂ ਦੇ ਕਰੀਬੀ ਸੰਨੀ ਪੱਲਾ ਨੂੰ ਵੀ ਜਿਹੜਾ ਹੈ ਹਿਰਾਸਤ 'ਚ ਲਿਆ ਗਿਆ। ਵਿਜੀਲੈਂਸ ਵੱਲੋਂ ਇਹ ਦਬਿਸ਼ ਕੀਤੀ ਗਈ ਹੈ ਲੁਧਿਆਣਾ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ। ਲਗਾਤਾਰ ਕਰੀਬੀਆਂ 'ਤੇ ਵੀ ਸ਼ਿਕੰਜਾ ਜਿਹੜਾ ਹੈ ਵਿਜੀਲੈਂਸ ਵੱਲੋਂ ਕੱਸਿਆ ਜਾ ਰਿਹਾ ਹੈ। ਸੰਨੀ ਪੱਲਾ ਨੂੰ ਹਿਰਾਸਤ 'ਚ ਲਿਆ ਵਿਜੀਲੈਂਸ ਨੇ। ਦੱਸ ਦਈਏ ਕਿ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਹੈ ਸੰਨੀ ਪੱਲਾ, ਜਿਸ ਨੂੰ ਹੁਣ ਵਿਜੀਲੈਂਸ ਨੇ ਹਿਰਾਸਤ ਦੇ ਵਿੱਚ ਲਿਆ। ਲਗਾਤਾਰ ਦਬਿਸ਼ ਵਿਜੀਲੈਂਸ ਦੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਉੱਥੇ ਕਰੀਬੀਆਂ ਤੇ ਵੀ ਨਜ਼ਰ ਜਿਹੜੀ ਰੱਖੀ ਜਾ ਰਹੀ ਹੈ, ਸ਼ਿਕੰਜਾ ਕੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ। ਨਵੀਨ ਸ਼ਰਮਾ ਦੇ ਨਾਲ ਗੱਲ ਕਰਦੇ ਹਾਂ। ਨਵੀਨ, ਜਿਸ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਸੰਨੀ ਪੱਲਾ ਦੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਕਰੀਬੀ ਮੰਨਿਆ ਜਾਂਦਾ, ਔਰ ਅਸੀਂ ਲਗਾਤਾਰ ਦੇਖ ਰਿਹਾ ਕਿ ਵਿਜੀਲੈਂਸ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਉਹਨਾਂ ਤੇ ਸ਼ਿਕੰਜਾ ਕੱਸ ਰਹੀ ਹੈ। ਬਿਲਕੁਲ ਰਾਧਾ, ਕਿਉਂਕਿ ਲਗਾਤਾਰ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ। ਭਾਰਤ ਭੂਸ਼ਣ ਆਸ਼ੂ ਨਵਾਂ ਸ਼ਹਿਰ ਦੇ ਵਿੱਚ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਹੀ ਜਿਹੜਾ ਹੈ ਉਹ ਅਦਾਲਤ 'ਚ ਪੇਸ਼ ਕੀਤਾ ਸੀ। 3 ਦਿਨ ਦੇ ਰਿਮਾਂਡ 'ਤੇ ਚੱਲ ਰਹੇ ਨੇ ਭਾਰਤ ਭੂਸ਼ਣ ਆਸ਼ੂ। ਹੁਣ ਫਿਰ ਕਿਉਂਕਿ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਨੇ, ਹੁਣ ਜਿਹੜਾ ਸੰਨੀ ਪੱਲਾ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਟੀਮ ਆਸ਼ੂ ਜਿਹੜਾ ਕਿਹਾ ਜਾਂਦਾ ਕਿ ਟੀਮ ਦੇ ਵਿੱਚ ਜਿੰਨੇ ਵੀ ਕਾਂਗਰਸੀ ਲੀਡਰ ਸੀ ਲੁਧਿਆਣੇ ਦੇ ਵਿੱਚ, ਉਸਦਾ ਨਾਮ ਭਾਰਤ ਭੂਸ਼ਣ ਆਸ਼ੂ ਨੇ ਟੀਮ ਆਸ਼ੂ ਦਿੱਤਾ ਸੀ। ਟੀਮ ਆਸ਼ੂ ਦਾ ਹੀ ਸੰਨੀ ਪੱਲਾ ਕਾਂਗਰਸੀ ਕੌਂਸਲਰ ਲੁਧਿਆਣਾ ਦੇ ਇੱਕ ਵਾਰਡ ਤੋਂ, ਉਸ ਨੂੰ ਹੁਣ ਵਿਜੀਲੈਂਸ ਵਿਭਾਗ ਨੇ ਹਿਰਾਸਤ 'ਚ ਰਲਿਆ। ਕਿਉਂਕਿ ਇਹ ਕਈ ਚਰਚਾਵਾਂ ਸੀ ਕਿ ਕਈ ਜ਼ਮੀਨਾਂ ਜਿਹੜੀਆਂ ਨੇ ਉਹ ਕਾਂਗਰਸ ਸਰਕਾਰ ਵੇਲੇ ਕਈ ਜਿਹੜਾ ਵਪਾਰ ਹੈ ਉਹ ਸੰਨੀ ਪੱਲੇ ਨੇ ਖੋਲਿਆ ਸੀ ਕਾਂਗਰਸ ਸਰਕਾਰ ਵੇਲੇ, ਚਾਹੇ ਉਹ ਟਾਈਲਾਂ ਫੈਕਟਰੀਆਂ ਦੀ ਗੱਲ ਹੋਵੇ। ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਨਗਰ ਨਿਗਮ ਵੱਲੋਂ ਪ੍ਰੋਜੈਕਟ ਦਿੱਤਾ ਜਾਂਦਾ ਸੀ, ਉਸ ਦੇ ਵਿੱਚ ਟਾਈਲਾਂ ਜਿਹੜੀਆਂ ਨੇ ਉਹ ਲੱਗਦੀਆਂ ਸੀ ਹਰ ਵਾਰਡ ਦੇ ਵਿੱਚ। ਲੁਧਿਆਣਾ ਦੇ ਵੀ ਕਈ ਵਾਰਡਾਂ 'ਚ ਟਾਈਲਾਂ ਲੱਗੀਆਂ, ਉਹ ਟਾਈਲਾਂ ਦੀ ਫੈਕਟਰੀ ਜਿਹੜੀ ਹੈ ਉਹ ਸੰਨੀ ਪੱਲਾ ਦੇ ਨਾਮ 'ਤੇ ਚੱਲ ਰਹੀ ਸੀ। ਸੋ ਵਿਜੀਲੈਂਸ ਵਿਭਾਗ ਨੇ ਹੁਣ ਸੰਨੀ ਪੱਲਾ ਨੂੰ ਹਿਰਾਸਤ 'ਚ ਲੈ ਲਿਆ ਔਰ ਪੁੱਛਗਿੱਛ ਕੀਤੀ ਜਾ ਰਹੀ ਹੈ ਬੜੀ ਸਖਤੀ ਦੇ ਨਾਲ, ਕਿਉਂਕਿ ਵਿਜੀਲੈਂਸ ਵਿਭਾਗ ਨੂੰ ਪਹਿਲਾਂ ਹੀ ਸ਼ੱਕ ਸੀ, ਕਿਉਂਕਿ ਕਈ ਜਿਹੜੇ ਲੋਕ ਹੈ ਉਹ ਵਿਜੀਲੈਂਸ ਵਿਭਾਗ ਨੇ ਟੀਮ ਆਸ਼ੂ ਦੇ ਨਾਲ ਰਿਲੇਟਡ ਉਹ ਕਈ ਵਾਰੀ ਬੁਲਾ ਕੇ ਪੁੱਛਗਿੱਛ ਕੀਤੀ ਹੈ। ਕਈ ਹਜੇ ਵੀ ਰਡਾਰ 'ਤੇ ਨੇ, ਪਰ ਹੁਣ ਸੰਨੀ ਪੱਲੇ ਨੂੰ ਹਿਰਾਸਤ 'ਚ ਲੈ ਕੇ ਹੁਣੇ ਥੋੜ੍ਹੀ ਦੇਰ ਬਾਅਦ ਵਿਜੀਲੈਂਸ ਵਿਭਾਗ ਇਸ ਦਾ ਖੁਲਾਸਾ ਕਰੇਗੀ, ਗ੍ਰਿਫਤਾਰੀ ਵੀ ਪਾਏਗੀ ਔਰ ਅਦਾਲਤ ਦੇ ਵਿੱਚ ਵੀ ਪੇਸ਼ ਕਰੇਗੀ। ਇਹ ਵੀ ਸੂਤਰਾਂ ਤੋਂ ਸਾਨੂੰ ਖਬਰਾਂ ਮਿਲ ਰਹੀਆਂ ਨੇ, ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਤੇ ਵੀ ਲੈਗੀ, ਕਿਉਂਕਿ ਕਾਫੀ ਵੱਡੇ ਕਲੂ ਮਿਲੇ ਨੇ ਸੰਨੀ ਪੱਲਾ ਦੇ ਖਿਲਾਫ ਵਿਜੀਲੈਂਸ ਵਿਭਾਗ ਨੂੰ। ਜੀ ਰਾਧਾ, ਬਿਲਕੁਲ। ਔਰ ਅਜੇ ਵਿਚਕਾਰ ਜਦੋਂ ਰਿਮਾਂਡ ਤੇ ਲਿਆ ਜਾਏਗਾ, ਪੁੱਛਗਿੱਛ ਹੋਏਗੀ, ਸਬੂਤ ਜਿਹੜੇ ਨੇ ਹੋਰ ਇਕੱਠੇ ਹੋਣਗੇ, ਤਾਂ ਯਕੀਨਨ ਮੁਸ਼ਕਲਾਂ ਜਿਹੜੀਆਂ ਨੇ ਨਾ ਸਿਰਫ ਸੰਨੀ ਪੱਲਾ ਬਲਕਿ ਭਾਰਤ ਭੂਸ਼ਣ ਆਸ਼ੂ ਦੀਆਂ ਵੀ ਵਧੀਆਂ ਹੋਈਆਂ ਲਗਾਤਾਰ ਨਜ਼ਰ ਆ ਰਹੀਆਂ ਨੇ, ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ। ਨਵੀਨ, ਬਿਲਕੁਲ, ਕਿਉਂਕਿ ਬਾਹਰਲੇ ਸੂਬਿਆਂ ਤੋਂ ਟੈਂਡਰ ਢੋਆ ਘੁਟਾਲਾ ਜਿਹੜਾ ਹੈਗਾ ਬਾਹਰਲੇ ਸੂਬਿਆਂ ਤੋਂ, ਚਾਹੇ ਉਹ ਝੋਨੇ ਦੀ ਗੱਲ ਕਰੀਏ, ਚਾਹੇ ਉਹ ਪੂਰੇ ਮਾਮਲੇ ਦੇ ਵਿੱਚ ਟਰੱਕਾਂ ਦੇ ਵਿੱਚ ਲੱਦ ਕੇ ਜਿਸ ਤਰ੍ਹਾਂ ਦੇ ਨਾਲ MSP ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਔਰ ਬਾਹਰਲੇ ਸੂਬਿਆਂ 'ਚ MSP ਨਹੀਂ ਹੈਗੀ, ਔਰ ਕਈ ਵਾਰ ਬਿਜ਼ਨਸ ਵਿਭਾਗ ਨੇ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਵਿੱਚ ਕਈ ਗੋਦਾਮਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ, ਕਈਆਂ ਦੀ ਚਾਵਲਾਂ ਦੀ ਕੁਆਲਿਟੀ ਚੈੱਕ ਕੀਤੀ, ਪਰ ਲਗਾਤਾਰ ਬਿਜ਼ਨਸ ਵਿਭਾਗ ਦੇ ਹੁਣ ਹੱਥ ਕਾਫੀ ਵੱਡੇ ਜਿਹੜੇ ਨੇ ਉਹ ਇਸ ਟੈਂਡਰ ਘੁਟਾਲੇ ਦੇ ਵਿੱਚ ਸਬੂਤ ਹੱਥ ਆ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਨੀ ਪੱਲੇ ਦੀ ਚਾਹੇ ਹੁਣ ਹਿਰਾਸਤ 'ਚ ਲੈ ਲਿਆ, ਉਸ ਕੋਲੋਂ ਪੁੱਛਗਿੱਛ ਹੋ ਰਹੀ ਹੈ, ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਨਵੀਨ ਫਿਲਹਾਲ ਦੀ ਸਾਰੀ ਜਾਣਕਾਰੀ ਲਈ। ਸੋ ਫਿਲਹਾਲ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ, ਇਸ 'ਤੇ ਨਜ਼ਰ ਜਿਹੜੀ ਬਣੀ ਰਹੇਗੀ। ਫਿਲਹਾਲ ਸੰਨੀ ਪੱਲਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਛੇਤੀ ਇਸ ਦੀ ਗ੍ਰਿਫਤਾਰੀ ਪਾ ਕੇ ਇਸ ਨੂੰ ਰਿਮਾਂਡ 'ਤੇ ਵੀ ਲਿਆ ਜਾਏਗਾ। ਰੁਕਦੇ ਅਗਲੀ ਅਹਿਮ ਖਬਰ ਦਾ। ਹਾਈ ਕੋਰਟ ਵੱਲੋਂ FIR ਰੱਦ ਕੀਤੇ ਜਾਣ ਤੋਂ ਬਾਅਦ